ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਮੰਦਰ ਬਾਈ ਬਲੌਗ ਚੈਨਲ 'ਤੇ। ਅਤੇ ਆਪਾਂ ਵੱਢੀਆਂ ਨੇ ਪੱਠੇ, ਆਪਾਂ ਤੁਹਾਨੂੰ ਪਹਿਲਾਂ ਵਿਖਾਈ ਸੀ ਇਹ ਚਰੀ, ਅਤੇ ਵੀ ਇਹ ਕਿਆਰਾ ਬਹੁਤ ਲੰਮਾ ਸੀ, ਅੱਜ ਕਰ ਲਿਆ ਨੇੜੇ, ਬਸ ਅੱਜ ਦੇ ਦਿਨ 'ਤੇ ਹੀ ਇਹ ਕੋਈ ਇੱਕ ਅੱਧਾ ਥੱਬਾ ਭਲਾ ਵਧੇ। ਇਹ ਆਪਾਂ ਤੁਹਾਨੂੰ ਵਿਖਾਉਣਾ ਦੂਜੇ ਪਾਸੇ ਕਰਕੇ ਕੈਮਰਾ। ਅਤੇ ਜਿਹੜਾ ਕੋਈ ਭਰਾ ਆਪਣੇ ਚੈਨਲ 'ਤੇ ਨਵਾਂ, ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਆ ਦੇਖੋ ਆਹ ਚਰੀ, ਆਪਾਂ ਲੱਤੀਆਂ ਨੇ ਗੱਡੀ 'ਤੇ, ਵਿੱਚ ਸਮਾਨ ਮੁੜ ਕੇ ਵੀ ਆ ਜਾਂਦਾ ਸੀ, ਆਹ ਜਿਵੇਂ ਕੁਦਰਾ ਵੱਧ ਗਿਆ ਜਿਹੜਾ ਖਰਾਬ ਹੋ ਗਿਆ, ਜਿਹਾ ਪੱਤੇ ਛੱਤੇ ਗੰਦ ਪਹਿਲਾਂ ਬਹੁਤ ਬਣ ਗਿਆ ਸੀ ਵਿੱਚ, ਅਤੇ ਉਹ ਦੇਖੋ ਉੱਥੋਂ ਲੱਗਿਆ ਸੀ ਆਪਾਂ, ਉਹ ਛੜਕ ਆ ਗਏ ਅਤੇ ਇੱਥੋਂ ਤੱਕ ਆ ਗਏ, 90 ਗਰਮਾ ਹੋਊਗਾ ਲੰਮਾ ਇਹ ਕਿਆਰਾ, ਅਤੇ ਆਹੀ ਰਹਿ ਗਈ ਬਈ ਤਾਂ ਨਾ ਚੱਕੀ ਦੇਵ, ਤਾਂ ਤਾਰਾਂ ਨਾਲ ਹੀ ਆਹ ਦੇਖੋ ਯਾਰ ਤਾਰਾਂ, ਪਤਾ ਨਹੀਂ ਤਾਰਾਂ ਨੀਵੀਆਂ ਅਤੇ ਪਤਾ ਨਹੀਂ ਚਰੀ ਦਾ ਕੱਦ ਵਾਲਾ ਹੈ ਵੀ ਇਹ 11000 ਵੋਲਟ। ਅਤੇ ਆਹ ਲੱਦੀ ਜਾਂਦੇ ਪਿੱਛੇ ਆਪਾਂ ਮੱਕ ਬੀਜਤਾ, ਅਤੇ ਅੱਗੇ ਆਪਾਂ ਕਰਾਂਗੇ ਘਾਹ ਬੀਜਣ ਦੀ ਤਿਆਰੀ ਇਹਦੇ 'ਚ, ਅਤੇ ਇਦੂ ਬਾਅਦ ਚਾਰਾਂਗੇ ਉਹ ਚਰੀ ਖੜੀ ਹੈ। ਬਹੁਤ ਨਜ਼ਾਰੇ ਦਿੱਤੇ ਆ ਚਰੀ ਨੇ, ਥੋੜ੍ਹਾ ਜਿਹਾ ਜਦੋਂ ਪਿੱਛੋਂ ਜਾ ਕੇ ਵੀ ਹਵਾ ਜੀਆਂ ਤੇਜ਼ ਵੱਗ ਗਈਆਂ ਅਤੇ ਵਿੱਚ ਟੇਢੀ ਮੇਢੀ ਜੋ ਗਈ ਸੀ, ਐਂ ਉਦੋਂ ਜ਼ਰੂਰ ਵੱਢਣੀ ਔਖੀ ਸੀ, ਅਤੇ ਨਹੀਂ ਤਾਂ ਬਹੁਤ ਵਧੀਆ ਸੀ ਕੰਮ। ਤਾਰਾਂ ਦੇ ਨਾਲ ਲੱਗਦੀ ਚਰੀ, ਆਪਾਂ ਇਹਦਾ ਕੱਦ 15-16 ਫੁੱਟ ਆਖਿਆ ਸੀ, ਵਾਕਈ ਇੰਨਾ ਹੋਊਗਾ ਦੋ ਬੰਦਿਆਂ ਤੋਂ ਵੱਡੀ। ਪਰ ਐਂ ਆ ਵੀ ਜਦੋਂ ਇਹਨੂੰ ਵੱਢਦੇ ਸੀ ਨਾ, ਅਤੇ ਮੁੜ ਕੇ ਕੁਛ ਹੋਰ ਕੋਈ ਕੰਮ ਕਰਨ ਨੂੰ ਜਿੱਤ ਨਹੀਂ ਕਰਦਾ ਸੀ, ਇੱਕ ਤਾਂ ਗਰਮੀ ਹੁੰਦੀ ਸੀ ਅਤੇ ਇੱਕ ਪੱਠੇ ਬਹੁਤ ਬਣ ਜਾਂਦੇ, ਗੱਡੀ ਪੂਰੀ ਲਦੜ ਕੇ ਭਰ ਕੇ ਲਿਜਾਂਦੇ ਸੀ। ਅਸੀਂ ਦੋਨੇ ਵੱਢ ਦਿੰਦੇ, ਮੈਂ ਅਤੇ ਬਾਈ ਦੇਵ, ਅਤੇ ਬਾਈ ਸੁੱਖਾ ਲੱਦਦਾ ਹੁੰਦਾ ਸੀ, ਇਹਦੀ ਡਿਊਟੀ ਲੱਦਣ 'ਤੇ ਸੀ, ਇਹਨੂੰ ਲੱਦਣ ਦਾ ਹਿਸਾਬ ਸੀ। ਅਤੇ ਅੱਜ ਆਪਾਂ ਬਣਾਉਣੇ ਸਬਜ਼ੀ ਵਾਸਤੇ ਥਾਂ, ਸਬਜ਼ੀ ਲਾਉਣ ਵਾਸਤੇ ਥਾਂ ਪੱਟਾਂਗੇ ਅੱਜ ਆਪਾਂ। ਪਿਛਲੇ ਸਾਲ ਤਾਂ ਇਹਨਾਂ ਦਿਨਾਂ 'ਚ ਆਪਾਂ ਲਾਤੀ ਸੀ ਲਸਣ, ਜੇ ਤੁਸੀਂ ਵੀਡੀਓ ਵੇਖੋਗੇ ਆਪਣੀ ਵੀਡੀਓ ਹੈਗੀ ਆ ਚੈਨਲ 'ਤੇ, ਅਤੇ ਐਤਕੀ ਆਪਾਂ ਹਜੇ ਹੁਣ ਤਿਆਰੀ ਕਰਦੇ ਹਾਂ, ਹਜੇ ਹਫ਼ਤੇ 10 ਦਿਨਾਂ ਨੂੰ ਕਿਤੇ ਲੱਗੂਗੀ ਸਬਜ਼ੀ। ਸਬਜ਼ੀ ਐਂ ਆ ਵੀ ਇਦੋਂ ਪਹਿਲਾਂ ਗਰਮੀ ਬਹੁਤ ਪਈ ਜਾਂਦੀ ਸੀ, ਅਤੇ ਤਾਂ ਕਰਕੇ ਇੱਕ ਤਾਂ ਲੇਟ ਹੋ ਗਿਆ, ਅਤੇ ਇੱਕ ਜਿੱਥੇ ਆਪਾਂ ਸਬਜ਼ੀ ਲਾਉਣੀ ਸੀ ਉੱਥੇ ਥੋੜ੍ਹਾ ਜਿਹਾ ਘਾਹ ਵਾਲਾ ਹੋ ਗਿਆ ਸੀ, ਮੀਂਹ ਪੈ ਗਿਆ, ਪਹਿਲਾਂ ਪਾਣੀ ਲਾਇਆ ਸੀ ਉਹਨੂੰ ਪੱਟਣ ਵਾਸਤੇ ਜ਼ਿਆਦਾ ਕਰੜਾ ਸੀ, ਅਤੇ ਫਿਰ ਉਹ ਗੰਦ ਜਾ ਉੱਗਰੇ ਉੱਤੋਂ ਮੀਂਹ ਪੈ ਗਏ, ਅਤੇ ਉਹ ਫਿਰ ਸਵਾਰਿਆ ਨਹੀਂ ਗਿਆ, ਅਤੇ ਹੁਣ ਵੱਤਰ ਆਇਆ ਸੀ, ਹੁਣ ਆਪਾਂ ਸਵਾਰਦੇ ਹਾਂ ਉਹਨੂੰ। ਬਾਕੀ ਇਦੋਂ ਪਹਿਲਾਂ ਕੋਈ ਫਾਇਦਾ ਵੀ ਨਹੀਂ ਸੀ, ਗਰਮੀ ਬਹੁਤ ਸੀ, ਨਾਲ ਦੀ ਨਾਲ ਮੁਰਕ ਹੈ ਜਿਹੜੀ ਉਹ ਚੱਲ ਪੈਂਦੀ ਆ। ਅਤੇ ਆ ਜਾਓ ਅੱਜ ਆਪਾਂ ਪੜਦੇ ਹਾਂ ਥਾਂ, ਨਾਲ ਤਾਂ ਕੋਈ 10 ਮਿੰਟ ਮਿਹਨਤ ਲੱਗ ਜੂ, ਕੋਈ ਬਾਹਲਾ ਚਿਰ ਤਾਂ ਨਹੀਂ, ਕੋਈ 2-4 ਮਾਰ ਲਿਆ ਤਾਂ ਵੇਖ ਲਓ ਕਿੰਨਾ ਕੁ ਟਾਈਮ ਲੱਗੂਗਾ, 3 ਜਣੇ ਅਸੀਂ, ਆ ਕਈਆਂ ਆਪਾਂ ਲੈ ਚੱਲੇ ਹਾਂ। ਬਾਕੀ ਐਂ ਆ ਜੇ ਘਰ ਦੀ ਸਬਜ਼ੀ ਹੋਵੇ ਤਾਂ ਵਧੀਆ ਚੱਲੀ ਜਾਂਦਾ ਕੰਮ, ਅਤੇ ਆਪਣੇ ਨਾ ਐਤਕੀ ਸੀਗੀ ਸਬਜ਼ੀ,
ਅਤੇ ਪੂਰਾ ਸੀਜ਼ਨ ਆਪਾਂ ਨੂੰ ਸਬਜ਼ੀ ਲੈਣ ਦੀ ਲੋੜ ਨਹੀਂ ਪਈ, ਹਜੇ ਤੱਕ ਵੀ ਲੱਗੀ ਜਾਂਦੀ ਹੈ, ਕਦੇ ਕੱਦੂ ਕਦੇ ਅੱਲਾਂ ਕਦੇ ਹੁਣ ਚੌਲੇ, ਅਤੇ ਹੌਲੀ ਹੌਲੀ ਐਂ ਟਾਈਮ ਪਾਸ ਹੋ ਜਾਂਦਾ। ਹੁਣ ਸਬਜ਼ੀ ਮਹਿੰਗੀ ਬਹੁਤ ਹੁੰਦੀ ਹੈ ਬਾਈ, ਸਬਜ਼ੀ ਚੀਕਾਂ ਕਢਾਈ ਤੁਰੀ ਆਉਂਦੀ ਆ, ਲੱਗੀ ਹੋਵੇ ਤਾਂ ਵਧੀਆ, ਆਪਦਾ ਟਾਈਮ ਪਾਸ ਹੋਈ ਜਾਂਦਾ। ਆਪਣਾ ਝੋਨਾ ਬਾਸਮਤੀ ਚਲੋ ਵਿਖਾਉਂਦੇ ਤੁਹਾਨੂੰ ਆਪਾਂ, ਲੱਗਦੇ ਹਾਂ ਫੱਟਣ। ਚਲੋ ਬਈ ਆਵੇ ਫੁੱਟਦੀ ਜੇ ਹਜੇ ਬਈ ਦੇ ਹੈਂ, ਇਹਨੂੰ ਘੱਟ ਤੋਂ ਘੱਟ 5-6 ਵਾੜਾ ਹੁਣ ਨਾ ਇੱਕ ਪਾਸੋਂ ਲੱਗ, ਮੈਂ ਤਾਂ ਪਰ ਜਾਏਗਾ ਐਤਕੀ ਆਪਾਂ ਨੂੰ ਵੇਖ ਕਿੰਨਾ ਨਜ਼ਾਰਾ ਦਿੱਤਾ ਸਬਜ਼ੀ ਨੇ ਹੈ ਨਾ, ਗਿੱਲਾ ਵਾਲਾ ਸੀ ਵਾਹਣ ਜਿਹਦਾ ਪੱਟਿਆ। ਆ ਬਾਈ ਆਪਣੇ ਚੌਲੇ ਆਪਣੇ ਉਹੀ ਬੂਝੇ ਫਲਾਂ ਦੇ, ਫਿਰ ਬਈ 3 ਸਾਲ ਹੋ ਜਾਣਗੇ, ਹੋਰ 2.5 ਸਾਲ ਹੋ ਗਏ, ਅਤੇ ਤੁਸੀਂ ਵੇਖੋ ਵੀ ਇਸ ਨੂੰ ਇਕੱਲੇ ਨੂੰ ਕਿੰਨੂ ਲੱਗਿਆ, ਨਾ ਉਹਨੂੰ ਲੱਗਿਆ ਕੁਛ ਨਾ ਇਹਨੂੰ ਲੱਗਿਆ ਜੇ ਕੁਛ, ਅਤੇ ਇਸ ਨੂੰ ਲੱਗਿਆ ਇਹਨੂੰ ਵੀ ਲੱਗਿਆ 9। ਦੇਣੀਆਂ ਪੈਣੀਆਂ ਤੈਨੂੰ 4 ਵਣ। ਇਹ ਨਾ ਜਿਹੜੀ ਤਾਂ ਹੀ ਫੁੱਟਦੀ ਆ ਵਾਰੀ ਵਾਰੀ, ਇਹ ਤਾਂ ਆਪਾਂ ਨਾ ਜਦੋਂ ਪੱਠੇ ਵੱਢਣ ਆਉਣੇ ਜਿੰਨੇ ਦਿਨ ਹਜੇ ਆਪਣੇ ਆਪਾਂ ਲਾਵਾਂਗੇ, ਹਜੇ ਐਤਵਾਰ ਤੇ ਲਾਉਣਾ, ਵੇਖ ਲਓ ਐਤਵਾਰ ਤੇ ਰਹਿ ਗਏ 3 ਕੁ ਦਿਨ, ਚੱਲ 2-3 ਵਾੜਾਂ ਹੀ ਆ ਗਈਆਂ ਅਗਲੀ ਵਾਰੀ ਲਾ ਰਹੇ, ਜ਼ਰੂਰੀ ਤਾਂ ਕੋਈ ਮਗਰ ਲੱਗਿਆ ਵੀ ਐਵੇਂ ਟਾਈ ਹੋਣੀ ਆ, ਇਹ ਕਿਹੜਾ ਭੈਣ ਚੋ ਛੇਤੀ ਹੋ ਗਈ। ਕਿੰਨਾ ਗਿਆ ਅੱਜ? ਮਹੀਨੇ 15 ਗਿਆ ਯਾਰ, ਛੇਤੀ ਤਾਂ ਨਹੀਂ ਹੁੰਦੀ, ਦਸਾਂ ਦਾ ਤਾਂ ਚੱਲ ਜਾਂਦਾ। ਆ ਇੱਧਰੋਂ ਆ ਕੇ ਫੜੀ ਜਾਂਗਾ ਫਿਰ, ਆਹ ਉੱਤੇ ਨੂੰ ਉਵੇਂ ਚਲਾਵਾਂਗੇ ਕੰਮ ਜਾਂਗਾ, ਮੈਨੂੰ ਕਿਹਾ ਇੱਧਰ ਇੱਧਰ ਕਰ ਲੈਂਦੇ ਪੜਤਾ ਪਾ ਇਸ ਟਾਈਮ ਨਾ, ਲਸਣ ਲਾ ਦੀ ਪਰ ਵਿਹਲਾ ਸੀ ਕੌਣ। ਹੁਣ ਇਹਨੂੰ ਤੂੰ ਕੁੱਟਾਂਗੇ ਕਿਰਾ, ਕੁੱਟ ਕੇ ਨਾ ਫੇਰ ਜਿੱਤੇ ਪੱਟਿਆ ਕਈ ਨਾ ਠੱਪ ਕੇ ਸੁਗੇ,
ਕਿਤੇ ਕਿਤੇ ਬਾਹਲੀ ਹੈ। ਆਹ ਥਾਂ 'ਚ ਤਾਂ ਯਾਰ ਹੈ ਹੀ ਨਹੀਂ ਸੀ ਪਰ ਲਸਣ ਲਾ ਕੇ ਨਾ ਯਾਰ ਅਤੇ ਉੱਤੇ ਪਾ ਦਾਂਗੇ ਪਰਾਲੀ ਕੁਤਰ ਕੇ। ਨਾ ਪਰਾਲੀ ਤਾਂ ਆਪਣੀ ਚਰੀ ਜੀ ਨਹੀਂ ਪਈ, ਉਹ ਹੀ ਪਈ ਸੁੱਕੇ ਕੁਤਰ ਕੇ। ਇੱਕ ਆਪਾਂ ਉੱਥੇ ਗੋਭੀ ਲਾਉਣੀ ਹੈ ਉਹਦੇ ਕੋਲੇ, ਐਤਕੀ ਵਾਰ ਤਾਂ ਲਾ ਦੇਣੀ, ਐਤਕੀ ਆਪਾਂ ਘਾਲੋ ਨਹੀਂ ਕਰਨੀ। ਪਨੀਰ ਲਿਆਵਾਂਗੇ ਕਿ ਐਂ ਪਨੀਰ ਆਏ ਨਾ, ਪਨੀਰ ਪਹਿਲਾਂ ਲਿਆ ਕੇ ਰੱਖ ਲਏ ਤੜਕੇ। ਫਿਰ ਸਪਰੇ ਆਪਾਂ ਲੱਗ ਪਈਏ ਸਵੇਰ ਤੋਂ ਹੈ ਨਾ, ਉੱਧਰ ਕਰੇ ਹੀ ਆ ਸਵੇਰੇ ਅਤੇ ਉਦੋਂ ਬਾਅਦ ਕਰ ਦਾਂਗੇ ਇੱਧਰ ਸਪਰੇ ਦਾ। ਤਾਂ ਫਿਰ ਦੇ ਆਏ ਬਾਈ ਯਾਰ, ਹੁਣ ਆਹ ਇੱਕ ਹੀ ਸਪਰੇ ਹੋਊਗੀ, ਹੁਣ ਪੂਰਾ ਮੌਕਾ ਹੈ ਜੇ ਫਸਲ ਗਵਾ ਕੇ ਕੀਤੀ ਤਾਂ ਕੀ ਕੀਤੀ। ਹਾਂ ਫਿਰ ਫਾਇਦਾ ਹੀ ਨਹੀਂ ਕੋਈ, ਸੱਪ ਲੰਘੇ ਤੋਂ ਲੀਆਂ ਕੁੱਟੀ ਜਾ ਉਹਦਾ ਤਾਂ ਕੋਈ ਫਾਇਦਾ ਨਹੀਂ, ਫਿਰ ਹੁਣ ਮੌਕਾ ਹੈ ਇੱਕ ਸਪਰੇ ਕਰ ਦਿਆਂਗੇ ਸਾਰੇ ਦੀ, ਸਨੇ ਬਾਸਪਤੀ ਅਤੇ ਸਨੇ ਦੂਜੇ 'ਤੇ। ਕਈਆਂ ਨੇ ਤਾਂ ਤਿੰਨ ਤਿੰਨ ਸਪਰੇਆਂ ਕਰਤੀਆਂ ਬਾਈ, ਆਪਾਂ ਤਾਂ ਹਾਈਬ੍ਰਿਡ ਜੇ ਤਾਂ ਇੱਕ ਕੀਤੀ ਸੀ ਨਾ ਇੱਕ ਨਾ ਸਰਜੂ ਯਾਰ, ਮੈਨੂੰ ਤਾਂ ਉਦੋਂ ਹਰਾ ਹੁੰਦਾ ਆਉਂਦਾ ਲੱਗਦਾ। ਨਹੀਂ ਬਈ ਗੱਲ ਸੁਣੋ, ਹੁਣ ਆਹ ਮੈਂ ਵਿਖਾਉਣਾ, ਆਹ ਵੇਖੋ ਤੁਸੀਂ, ਆਹ ਜਿਹੜਾ ਪੀਲਾ ਦੀਦਾ ਇਹ ਤਾਂ 26 ਆ ਵੀ, ਇਦੋਂ ਅਗਲਾ ਹਰਾ ਦੀਦਾ ਜਿਹੜਾ ਉਹ ਹਾਈਬ੍ਰਿਡ ਹੈ, ਇਹ ਤੋਂ ਇਹ ਆਪਾਂ ਬੀਜਿਆ ਸੀ ਅਤੇ ਉਹ ਲਾਇਆ ਸੀ, ਮਤਲਬ ਉਹ ਆਪਾਂ ਲਾਇਆ ਬਾਈ 23-24 ਜੂਨ ਨੂੰ, ਅਤੇ ਪਹਿਲਾਂ ਜਦੋਂ ਆਪਾਂ ਸਪਰੇਅ ਕੀਤੀ ਹੈ ਨਾ, ਆਪਾਂ ਨੂੰ ਐਂ ਸੀ ਵੀ ਹਾਈਬ੍ਰਿਡ ਜਿਹਾ ਇੱਕ ਸਪਰੇ ਨੇ ਪੱਕ ਜੂਗਾ, ਤਾਂ ਉਹ ਤਾਂ ਹਜੇ ਹਰਾ ਖਚਾਰ ਖੜਾ ਤਾਂ ਪੱਛੋ ਵਗ ਲੱਗ ਪਈ ਨਾ ਠੰਡੀ ਹਵਾ, ਇਹਨੂੰ ਉੱਧਰ ਕਰਦੀ ਫਿਰ ਇੱਕ ਪਾਸੇ ਇਹ ਯਾਰ ਆ ਖਿਲਰ ਜਾਣੀਆਂ ਗੰਢੀਆਂ ਹੀ ਆ ਜਿਹੜੀਆਂ ਇਹਦੇ 'ਚ, ਇੱਦੂ ਤਾਂ ਫਿਰ ਇੱਥੇ ਹੀ ਕਰ ਲੈਣੇ ਕਿਰਾਂ ਚੱਕ ਕੇ ਥੱਲੋਂ ਪਾ ਕੇ ਉਵੇਂ ਘਾਹ
ਠੰਡੀਆਂ ਚੱਕ ਕੇ ਉੱਤੋਂ ਇੱਥੇ ਭਰ ਕੇ ਰੱਖ ਦੇ। ਇਹਦੇ ਤੋਂ ਕੱਟਿਆ